ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਸਭ ਤੋਂ ਪਹਿਲਾਂ ਇੱਕ ਢਾਬੇ ਦੇ ਨਾਮ ਦੀ ਗੱਲ ਕਰਦੇ ਹਾਂ ਅਸੀਂ ਗੱਲ ਕਰ ਰਹੇ ਹਾਂ ਬਾਬਾ ਕਾ ਢਾਬਾ ਜੀ ਹਾਂ ਇਸ ਨਾਮ ਨੂੰ ਸੁਣਨ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅਸੀਂ ਗੱਲ ਕਰਨ ਜਾ ਰਹੇ ਹਾਂ ਕਾਂਤਾ ਪ੍ਰਸਾਦ ਦੀ ਜਿਨ੍ਹਾਂ ਦਾ ਬਾਬਾ ਕਾ ਢਾਬਾ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਵਾਇਰਲ ਵੀਡੀਓਜ਼ ਦੀ ਗੱਲ ਕਰੀਏ ਤਾਂ ਅਕਸਰ ਹੀ ਵੀਡੀਓਜ਼ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਪਰ ਕੁਝ ਕੁ ਵੀਡੀਓਜ਼ ਇੰਨੀਆਂ ਕੁ ਵਾਇਰਲ ਹੋ ਜਾਂਦੀਆਂ ਨੇ ਕਿ ਜੋ ਵਿਅਕਤੀ ਵਾਇਰਲ ਹੁੰਦਾ ਹੈ ਉਹ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚ ਜਾਂਦਾ ਹੈ ਅਤੇ ਉਹਨਾਂ ਦੇ ਵਿੱਚੋਂ ਕਿੰਨੇ ਹੀ ਇਹੋ ਜਿਹੇ ਲੋਕ ਹਨ ਜਿਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਰੱਕੀਆਂ ਨੂੰ ਛੁੰਦੇ ਗਏ ਪਰ ਕਾਂਤਾ ਪ੍ਰਸਾਦ ਉਹਨਾਂ ਦੇ ਵਿੱਚੋਂ ਵੱਖਰੇ ਨਿਕਲੇ ਕਾਂਤਾ ਪ੍ਰਸਾਦ ਦੀ ਉਮਰ ਕਾਫੀ ਵੱਡੀ ਹੈ ਅਤੇ ਉਹਨਾਂ ਦਾ ਢਾਬਾ ਜਿਸ ਨੂੰ ਕਾਫੀ ਜ਼ਿਆਦਾ ਨਾਮ ਮਿਲਿਆ ਇਹ ਕੁਝ ਵੀਡੀਓਜ਼ ਉਹਨਾਂ ਦੀਆਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਸਨ ਜਿਸ ਤੋਂ ਬਾਅਦ ਉਹਨਾਂ ਦਾ ਢਾਬਾ ਕਾਫੀ ਜ਼ਿਆਦਾ ਮਸ਼ਹੂਰ ਹੋ ਗਿਆ ਲੋਕ ਉਹਨਾਂ ਦੇ ਢਾਬੇ ਤੇ ਆਉਣਾ ਸ਼ੁਰੂ ਹੋ ਗਏ ਹੌਲੀ ਹੌਲੀ ਢਾਬਾ ਇੰਨਾ ਕੁ ਮਸ਼ਹੂਰ ਹੋ ਗਿਆ ਕਿ ਕਾਂਤਾ ਪ੍ਰਸਾਦ ਦੀ ਇਨਕਮ ਇੰਨੀ ਕੁ ਹੋ ਗਈ ਕਿ ਉਹਨਾਂ ਨੇ ਬਾਬਾ ਕਾ ਢਾਬਾ ਨਾਮ ਤੋਂ ਹੀ ਇੱਕ ਵੱਡਾ ਰੈਸਟੋਰੈਂਟ ਖੋਲ੍ਹਿਆ ਤੇ ਉਸ ਤੋਂ ਬਾਅਦ ਰੈਸਟੋਰੈਂਟ ਚਲਾਉਣ ਦੇ ਲਈ ਕਾਫੀ ਲੋਕਾਂ ਨੇ ਉਹਨਾਂ ਦੀ ਪੈਸੇ ਪੱਖੋਂ ਵੀ ਮਦਦ ਕੀਤੀ ਅਤੇ ਦਿਨਾਂ ਦੇ ਵਿੱਚ ਉਹਨਾਂ ਦਾ ਰੈਸਟੋਰੈਂਟ ਖੁੱਲ੍ਹ ਵੀ ਗਿਆ ਪਰ ਕਿਸ ਨੂੰ ਪਤਾ ਸੀ ਕਿ ਕਾਂਤਾ ਪ੍ਰਸਾਦ ਇੰਨਾ ਵੱਡਾ ਰੈਸਟੋਰੈਂਟ ਖੋਲ੍ਹਣ ਤੋਂ ਬਾਅਦ ਦੁਬਾਰਾ ਤੋਂ ਫਰਸ਼ ਤੇ ਆ ਜਾਣਗੇ ਜੀ ਹਾਂ ਕਾਂਤਾ ਪ੍ਰਸਾਦ ਨੂੰ ਇਨਕਮ ਦੇ ਵਿੱਚ ਉੱਥੇ ਮੁਨਾਫਾ ਨਹੀਂ ਹੋਇਆ ਹਾਲਾਂਕਿ ਉਹਨਾਂ ਦਾ ਢਾਬਾ ਜਿੱਦਾਂ ਹੀ ਰੈਸਟੋਰੈਂਟ ਬਣਿਆ ਉਸ ਨੂੰ ਕਾਫੀ ਲੋਕਾਂ ਨੇ ਪਸੰਦ ਕੀਤਾ ਪਰ ਜੋ ਇਨਕਮ ਉਹਨਾਂ ਨੂੰ ਇੱਕ ਛੋਟੇ ਜਿਹੇ ਢਾਬੇ ਤੋਂ ਸੀ ਉਹ ਇਨਕਮ ਉਹਨਾਂ ਨੂੰ ਵੱਡੇ ਰੈਸਟੋਰੈਂਟ ਤੋਂ ਨਹੀਂ ਮਿਲੀ ਤੇ ਇਹੋ ਕਾਰਨ ਹੈ ਕਿ ਕਾਂਤਾ ਪ੍ਰਸਾਦ ਨੇ ਹੁਣ ਆਪਣਾ ਉਹੀ ਢਾਬਾ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਹੈ ਅਤੇ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਹੈ ਹੁਣ ਇਸ ਦੇ ਪਿੱਛੇ ਕਾਂਤਾ ਪ੍ਰਸਾਦ ਨੇ ਕਾਰਨ ਇਹ ਦੱਸਿਆ ਹੈ ਕਿ ਰੈਸਟੋਰੈਂਟ ਤਾਂ ਖੁੱਲ ਗਿਆ ਅਤੇ ਸ਼ੌਹਰਤ ਵੀ ਕਾਫੀ ਜ਼ਿਆਦਾ ਮਿਲੀ ਪਰ ਦੌਲਤ ਨਹੀਂ ਮਿਲੀ ਕਿਉਂਕਿ ਰੈਸਟੋਰੈਂਟ ਤੋਂ ਉਹਨਾਂ ਨੂੰ ਨਾਮ ਕਾਫੀ ਜ਼ਿਆਦਾ ਮਿਲ ਗਿਆ ਪਰ ਰੈਸਟੋਰੈਂਟ ਦੇ ਉੱਤੇ ਪੈਸਾ ਲੱਗ ਵੱਧ ਰਿਹਾ ਸੀ ਅਤੇ ਕਮਾਈ ਘੱਟ ਹੋ ਰਹੀ ਸੀ ਤੇ ਇਹੋ ਕਾਰਨ ਹੈ ਕਿ ਕਾਂਤਾ ਪ੍ਰਸਾਦ ਨੇ ਹੁਣ ਦੁਬਾਰਾ ਤੋਂ ਆਪਣਾ ਉਹੀ ਢਾਬਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਉਹਨਾਂ ਦੇ ਢਾਬੇ ਨੂੰ ਦੁਬਾਰਾ ਤੋਂ ਪਿਆਰ ਵੀ ਬਹੁਤ ਜ਼ਿਆਦਾ ਮਿਲ ਰਿਹਾ ਹੁਣ ਇਸ ਦੇ ਪਿੱਛੇ ਉਹਨਾਂ ਦਾ ਫਾਇਦਾ ਹੈ ਜਾਂ ਨੁਕਸਾਨ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਕਿੱਥੇ ਉਹ ਇੱਕ ਇੰਨੇ ਵੱਡੇ ਰੈਸਟੋਰੈਂਟ ਦੇ ਉੱਤੇ ਇੰਨਾ ਪੈਸਾ ਲਗਾਉਣ ਦੇ ਬਾਵਜੂਦ ਵੀ ਕਮਾਈ ਨਹੀਂ ਕਰ ਪਾ ਰਹੇ ਸੀ ਤੇ ਕਿੱਥੇ ਹੁਣ ਇੱਕ ਦੁਬਾਰਾ ਤੋਂ ਆਪਣਾ ਉਹੀ ਢਾਬਾ ਉਹ ਚਲਾ ਰਹੇ ਨੇ ਤੇ ਉਹੀ ਢਾਬੇ ਦੇ ਉੱਤੇ ਉਹਨਾਂ ਨੂੰ ਕਿੰਨੀ ਜ਼ਿਆਦਾ ਕਮਾਈ ਹੋ ਰਹੀ ਹੈ ਫਿਲਹਾਲ ਪੂਰੀ ਖਬਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਤਾ ਪ੍ਰਸਾਦ ਦੇ ਨਾਲ ਜੋ ਹੋਇਆ ਉਹ ਸਹੀ ਹੈ ਕਾਂਤਾ ਪ੍ਰਸਾਦ ਦੀ ਕੀ ਲੋਕਾਂ ਨੂੰ ਦੁਬਾਰਾ ਤੋਂ ਮਦਦ ਕਰਨੀ ਚਾਹੀਦੀ ਹੈ ਉਹਨਾਂ ਦਾ ਨਵਾਂ ਰੈਸਟੋਰੈਂਟ ਖੋਲ੍ਹਣ ਦੇ ਲਈ ਜਾਂ ਫਿਰ ਕਾਂਤਾ ਪ੍ਰਸਾਦ ਨੂੰ ਰੱਬ ਦੀ ਰਜ਼ਾ ਦੇ ਨਾਲ ਉੱਥੇ ਹੀ ਰਹਿਣਾ ਚਾਹੀਦਾ ਹੈ ਆਪਣੇ ਵੱਲੋਂ ਕਾਂਤਾ ਪ੍ਰਸਾਦ ਨੂੰ ਲੈ ਕੇ ਆਪਣੇ ਕਮੈਂਟ ਕੀ ਦੇਣਾ ਚਾਹੁੰਦੇ ਹੋ ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ